ਪਿਆਰ ਇੱਕ ਐਸੀ ਚੀਜ਼, ਪਿਆਰ ਇੱਕ ਐਸਾ ਅਹਿਸਾਸ ਕਿ ਪਿਆਰ ਦੇ ਵਿੱਚ ਇਨਸਾਨ ਜਿਹਨੂੰ ਪਿਆਰ ਕਰਦਾ ਉਹਦੀ ਖੁਸ਼ੀ ਲਈ ਹਰ ਸੈਕਰੀਫਾਈਜ਼ ਕਰਦਾ, ਹਰ ਐਫਰਟ ਲਾਉਂਦਾ ਵੀ ਇਹ ਖੁਸ਼ ਰਹੇ, ਰਾਜ਼ੀ ਰਹੇ, ਉਹਦੇ ਲਈ ਅਰਦਾਸਾਂ ਬੇਨਤੀਆਂ ਕਰਦਾ। ਫਿਰ ਉਹ ਪਿਆਰ ਚਾਹੇ ਕਿਸੇ ਮਾਂ ਦਾ ਆਪਣੇ ਬੱਚਿਆਂ ਨਾਲ, ਫਿਰ ਉਹ ਪਿਆਰ ਚਾਹੇ ਕਿਸੇ ਭੈਣ ਦਾ ਆਪਣੇ ਭਰਾ ਨਾਲ, ਫਿਰ ਉਹ ਪਿਆਰ ਚਾਹੇ ਭਰਾਵਾਂ ਦਾ, ਫਿਰ ਉਹ ਪਿਆਰ ਚਾਹੇ ਹਸਬੈਂਡ ਵਾਈਫ ਦਾ। ਜਿੱਥੇ ਪਿਆਰ ਦਿਲੋਂ ਤਾਂਘ ਦਿਲੋਂ ਸੱਚੀ, ਉੱਥੇ ਦੂਸਰੇ ਦੀ ਖੁਸ਼ੀ ਨੂੰ ਵੱਡਾ ਰੱਖਿਆ ਜਾਂਦਾ ਤੇ ਦੂਸਰੇ ਦੀਆਂ ਗਲਤੀਆਂ ਨੂੰ ਅਣਗੌਲਿਆ ਕੀਤਾ ਜਾਂਦਾ, ਨਿੱਕੀਆਂ ਮੋਟੀਆਂ ਚੀਜ਼ਾਂ ਨੂੰ ਭੁੱਲਿਆ ਜਾਂਦਾ, ਉਹਦੀਆਂ ਗਲਤੀਆਂ ਨੂੰ ਅੱਖੋਂ ਪਰੇ ਕਰਿਆ ਜਾਂਦਾ, ਸਿਰਫ ਪਿਆਰ ਦੇਖਿਆ ਜਾਂਦਾ। ਜਿੱਥੇ ਪਿਆਰ ਸੱਚਾ ਤੇ ਦਿਲੋਂ, ਉੱਥੇ ਇਹ ਅਹਿਸਾਸ ਅਕਸਰ ਹੁੰਦਾ ਤੇ ਇਹੀ ਅਹਿਸਾਸ ਆ ਜਿਹੜਾ ਪਾਇਆ ਜਾਂਦਾ।